ਜਿੰਨਾ ਚਿਰ ਪੁੱਤ ਮੇਰੇ ਨਾਲ ਜਿੰਦੇ ਨੇ ਪੰਜਾਬੀ ਇਸ ਧਰਤੀ ਦੇ ਤੈਨੂੰ ਕੋਈ ਯਕਮ ਦੇ ਤੂੰ ਜਿੰਨੇ ਮਰਜ਼ੀ ਜਵਾਨੀਆਂ ਲੈ ਲਈ ਆ ਹਰ ਕੋਈ ਸਾਨੂੰ ਬਣਾਉਣਾ ਚਾਹੁੰਦੇ ਨੇ ਅਸੀਂ ਕਿੰਨਾ ਕਰਦੇ ਨਹੀਂ 176 ਦੇਸ਼ਾਂ 'ਚ ਬੈਠੇ ਆ ਅਸੀਂ ਤੁਸੀਂ ਅੱਜ ਦਿੱਲੀ ਦੇ ਬਾਹਰ ਨਹੀਂ ਕੱਟੇ ਹੈਗੇ ਸਾਡੇ ਗੁਰੂਆਂ ਨੇ ਹਾਰ ਵੀ ਮੰਨੀ ਅਸੀਂ ਬਾਬਰ ਨਾਲ ਟਕਰਾਏ ਅਸੀਂ ਤੱਤੀ ਤਵੀ ਤੇ ਬੈਠੇ ਅਸੀਂ ਰਾਜਨੀਤੀ ਚ ਆਏ ਉਦੋਂ ਆਪਣੀ ਜਾਇਦਾਦ ਕੱਢ ਕੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੁੱਖ ਨੂੰ ਕਹਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਬਿਰਾਜਮਾਨ ਸਾਧ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਧੰਨ ਧੰਨ ਕਾਕਾ ਕਾਕੂ ਸਾਹਿਬ ਜੀ ਦੇ ਅਸਥਾਨ 'ਤੇ ਆਪਾਂ ਸਾਰੇ ਇਕੱਤਰ ਹੋਏ ਹਾਂ। ਉਹਨਾਂ ਦਾ ਸਾਲਾਨਾ ਜੋੜ ਮੇਲਾ ਲਗਾ ਰਹੇ ਹਾਂ। ਉਹਨਾਂ ਦੀ ਹੀ ਕਿਰਪਾ ਸਦਕਾ ਪੰਥਕ ਢਾਡੀ ਬੜੀ ਸਤਿਕਾਰਯੋਗ ਪੰਥ ਦੀ ਸ਼ਖਸੀਅਤ ਸਰਦਾਰ ਤਰਸੇਮ ਸਿੰਘ ਜੀ, ਸਾਡੇ ਜਥੇਦਾਰ ਸਾਹਿਬ ਮੋਹਰਾਵਾਲੀ ਸਾਹਿਬ, ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਕਰ ਲਈ ਹੈ ਔਰ ਪੰਥ ਦੀ ਗੱਲ ਨੂੰ ਬੜੇ ਜਜ਼ਬਾਤੀ ਹੋ ਕੇ ਔਰ ਬੜੇ ਦ੍ਰਿੜਤਾ ਦੇ ਨਾਲ ਕੌਮ ਦੇ ਸਾਹਮਣੇ ਰੱਖਿਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਇਸ ਸਲਾਮੀ ਜੋੜ ਮੇਲਾ ਜਿਹੜਾ ਇਹ ਮਨਾਉਂਦੇ ਨੇ ਹਰ ਸਾਲ। ਸੋ ਸਾਨੂੰ ਵੀ ਸੱਦਾ ਦਿੱਤਾ ਸੀ, ਦੀਪ ਵੀ ਆ ਗਿਆ ਪਿੱਛੇ ਹੈ ਜੀ ਦੀਪ ਸਿੱਧੂ, ਸੋ ਦੋ ਚਾਰ ਮਿੰਟ ਸੋਚਣੇ 'ਚ ਆਉਣ ਵਾਲਾ ਹੀ ਹੈ। ਸੋ ਉਸ ਤੋਂ ਪਹਿਲਾਂ ਕਿ ਆਪਾਂ ਦੋ ਚਾਰ ਮਿੰਟ ਗੱਲਾਂ ਬਾਤਾਂ ਕਰ ਲਈਏ, ਗੱਲਾਂ ਇਹ ਸੀ ਕਿ ਇਹ ਜਿਹੜਾ ਸਾਲਾਨਾ ਜੋੜ ਮੇਲਾ ਆਪਾਂ ਮਨਾ ਰਹੇ ਹਾਂ ਇਹ ਉਹਨਾਂ ਭਗਤਾਂ ਦੀ ਭਗਤੀ ਹੈ ਕਿ ਜੇ ਅੱਜ ਪੰਜਾਬੀ ਔਰ ਪੰਜਾਬ ਔਰ ਆਪਣੀ ਜਿਹੜੀ ਸਿੱਖ ਕੌਮ ਹੈ ਅੱਜ ਸਾਰਿਆਂ ਦੇ ਸਾਹਮਣੇ ਖੜ੍ਹਨ ਦੀ ਆਪਾਂ ਸਮਰੱਥਾ ਰੱਖਦੇ ਹਾਂ। ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜਾ ਆਪਣਾ ਲੱਗਿਆ ਕਿ ਸਾਡੀ ਊਰਜਾ ਇਹਦੇ ਸੰਬੰਧ ਵਿੱਚ, ਆਪਣੀ ਕੌਮ ਦੇ ਸੰਬੰਧ ਵਿੱਚ। ਇਸ ਦੇਸ਼ ਦੀ ਬਦਕਿਸਮਤੀ ਹੈ ਕਿ ਜਿਨ੍ਹਾਂ ਨੇ ਅਜਿਹਾ ਪ੍ਰਧਾਨ ਮੰਤਰੀ ਚੁਣ ਲਿਆ ਜਿਹੜਾ ਇੱਕ ਅਨਪੜ੍ਹ ਬੰਦਾ ਹੈ, ਚਾਹ ਵੇਚਣ ਵਾਲਾ ਹੈ। ਇਹ ਦੇਖ ਲਓ ਇਦੋਂ ਬੜੀ ਬਦਕਿਸਮਤੀ ਕੀ ਹੋਊ ਕਿ ਇੱਕ ਚਾਹ ਵੇਚਣ ਵਾਲੇ ਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਤਾ ਔਰ ਇਸ ਦੇਸ਼ ਦਾ ਬੇੜਾ ਗਰਕ ਕਰਤਾ, ਸਾਰੇ ਦੇਸ਼ ਦੀ ਇਕੋਨਮੀ ਦਾ ਪੱਠਾ ਪਠਾਤਾ, ਡਿਵੈਲਪਮੈਂਟ ਦਾ ਪੱਠਾ ਪਠਾਤਾ, ਸਾਰਾ ਕੁਛ ਜੰਮੂ ਕਸ਼ਮੀਰ 'ਚ ਹੋਰ ਸੂਬਿਆਂ 'ਚ ਕਰਕੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਲਲਕਾਰਤਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੇ ਵੀ ਬਾਗੀਪਣਾ ਦਿਖਾਉਣਾ ਹੀ ਦਿਖਾਉਣਾ ਸੀ ਔਰ ਇਸ ਗੱਲ ਦਾ ਮਾਣ ਕਰਿਓ ਔਰ ਆਪਾਂ ਵੀ ਦਿਖਾਤਾ ਪੁੱਤ ਬਣਾ ਤੇ ਪੇਰਾਂ ਦਾ। ਇਸ ਕਰਕੇ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਆਪਾਂ ਸਾਰੇ ਇਸ ਪੰਜਾਬ ਦੀ ਜਿਹੜੀ ਕਣ ਕਣ ਮਿੱਟੀ ਹੈ ਇਹਨੂੰ ਸਮਰਪਿਤ ਹੈ। ਇਹ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਸਾਨੂੰ ਦਿੱਤੀਆਂ ਗਈਆਂ ਨੇ ਨਰਿੰਦਰ ਮੋਦੀ, ਇਹ ਅਸੀਂ ਭੀਖ ਮੰਗ ਕੇ ਨਹੀਂ ਕਿਸੇ ਤੋਂ ਲਈਆਂ, ਇਹ ਅਸੀਂ ਸਾਡੇ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਖੰਡਾ ਖੜਕਾ ਕੇ ਲੈ ਕੇ ਦਿੱਤੀਆਂ ਸੀ ਔਰ ਉਹਨਾਂ ਜ਼ਮੀਨਾਂ ਦੇ ਆਪਾਂ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਸੀ ਕਿ ਆਪਾਂ ਇਹਨਾਂ ਜ਼ਮੀਨਾਂ ਦੇ ਮਾਲਕ ਬਣੇ। ਲੇਕਿਨ ਨਰਿੰਦਰ ਮੋਦੀ ਇਹ ਸਮਝ ਬੈਠਿਆ ਕਿ ਇਸ ਪੂਰੇ ਭਾਰਤ ਵਾਸਤੇ ਮੈਂ ਲੱਤ ਫੇਰ ਕੇ ਜ਼ਮੀਨਾਂ ਇਹਨਾਂ ਸਰਦਾਰਾਂ ਤੋਂ, ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਤੋਂ ਮੈਂ ਖੋਲੂਗਾ। ਇਸ ਗੱਲ ਦਾ ਤਾਂ ਤੈਨੂੰ ਇੱਥੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਚੈਲੰਜ ਕਰਦੇ ਹਾਂ ਕਿ ਜਿੰਨਾ ਚਿਰ ਪੁੱਤ ਮੇਰੇ ਆ ਜਿੰਦੇ ਨੇ ਪੰਜਾਬੀ ਇਸ ਧਰਤੀ ਤੇ ਤੈਨੂੰ ਕੋਈ ਯਕਮ ਦੇ ਤੂੰ ਜਿੰਨੇ ਮਰਜ਼ੀ ਜਵਾਨੀਆਂ ਲੈ ਲਈ ਲਿਆ, ਇਸ ਧਰਤੀ ਤੇ ਤੈਨੂੰ ਪੈਰ ਕਿਸੇ ਵੀ ਮੁੱਤੇ ਨਹੀਂ ਰੱਖਣ ਦਿੰਦੇ। ਬਾਕੀ ਰਹੀ ਗੱਲ ਕੌਮ ਦੀ ਲੜਾਈ ਹੈ, ਪੰਥ ਦੀ ਲੜਾਈ ਹੈ, ਕਿਸਾਨਾਂ ਦੀ ਲੜਾਈ ਹੈ, ਪੰਜਾਬ ਦੀ ਹੋਂਦ ਦੀ ਲੜਾਈ ਹੈ,
ਜੇ ਆਪਾਂ ਹੁਣ ਨਾ ਲਈ ਤਾਂ ਆਪਾਂ ਸਦਾ ਲਈ ਇਸ ਗੱਲ ਨੂੰ ਆਪਾਂ ਹਾਰ ਮੰਨ ਜਾਂਗੇ। ਆਪਣੇ ਪੁਰਖਿਆਂ ਨੇ ਹਾਰ ਨਹੀਂ ਮੰਨੀ, ਸਾਡੇ ਗੁਰੂਆਂ ਨੇ ਹਾਰ ਨਹੀਂ ਮੰਨੀ। ਅਸੀਂ ਬਾਬਰ ਨਾਲ ਟਕਰਾਏ, ਅਸੀਂ ਤੱਤੀ ਤਵੀ ਤੇ ਬੈਠੇ, ਅਸੀਂ ਔਰੰਗਜ਼ੇਬ ਨਾਲ ਟਕਰਾਏ, ਅਸੀਂ ਇੰਦਰਾ ਗਾਂਧੀ ਨਾਲ ਟਕਰਾਏ, ਫਿਰ ਨਰਿੰਦਰ ਮੋਦੀ ਤੂੰ ਕਿਸੇ ਬਾਗ ਦੀ ਮੂਲੀ ਨਹੀਂ, ਤੇਰੇ ਨਾਲ ਵੀ ਦੋ ਹੱਥ ਕਰ ਲੂ ਕੌਮ ਪਿਆਰ ਬੈਠੀ ਹੈ। ਇੱਕ ਆਰ ਐਸ ਐਸ ਇਸ ਦੇਸ਼ ਦੀ, ਜਿਸ ਆਰ ਐਸ ਐਸ ਨੇ 1% ਵੀ ਕੁਛ ਨਹੀਂ ਕਰਿਆ, ਕਿਹੜਾ ਆਰ ਐਸ ਐਸ ਦਾ ਬੰਦਾ ਫਾਂਸੀ ਚੜਿਆ, ਕਿਹਨੇ ਇਸ ਦੇਸ਼ ਦੀ ਆਜ਼ਾਦੀ ਲਈ ਕੁਛ ਕੀਤਾ, ਇੱਕ ਵੀ ਬੰਦਾ ਇਹਨਾਂ ਦਾ ਫਾਂਸੀ ਨਹੀਂ ਚੜਿਆ। 121 ਫਾਂਸੀਆਂ ਚੋਂ 93 ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਚੜੇ ਹਾਂ। ਜੇ ਤੁਹਾਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀਆਂ ਚੜ ਸਕਦੀਆਂ, ਪੁੱਤ ਮੇਰੇ ਆਪਣੀ ਹੋਂਦ ਬਚਾਉਣ ਵਾਸਤੇ ਵੀ ਚੜਾਂਗੇ, ਫਿਕਰ ਨਾ ਕਰਿਓ ਤੁਸੀਂ। ਤੁਹਾਨੂੰ ਇੱਕ ਗੱਲ ਹੋਰ ਸਪਸ਼ਟ ਕਰ ਦਈਏ ਕਿ ਇਹ ਲੜਾਈ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪੁੱਤਰਾਂ ਦਾ ਖੂਨ ਲਾਲ ਹੈ, ਉਹਨਾਂ ਚਿਰ ਇਹ ਜੰਗ ਜਾਰੀ ਰਹੂਗੀ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਭਗਤ ਸਾਹਿਬਾਨ, ਸਾਡੇ ਪੀਰ, ਸਾਡੇ ਮਹਾਂਪੁਰਖ, ਸਾਡੇ ਮਾਣ ਨੇ, ਸਾਨੂੰ ਪੂਰਨ ਭਰੋਸਾ ਨਰਿੰਦਰ ਮੋਦੀ, ਮੋਹਨ ਭਾਗਵਤ, ਤੁਸੀਂ ਕਿਹੜੇ ਬਾਗ ਦੀਆਂ ਮੂਲੀਓ, ਅਸੀਂ ਤਾਂ ਅਬਦਾਲੀ ਤੋਂ ਨਹੀਂ ਡਰੇ। ਅਹਿਮਦ ਸ਼ਾਹ ਅਬਦਾਲੀ ਨੇ ਤੁਹਾਡੀਆਂ ਪਕੀਰਾਂ ਪਾ ਕੇ ਰੱਖੀਆਂ ਨੇ। ਸੋਮਨਾਥ ਮੰਦਿਰ ਦੇ ਨੌ 32,000 ਪਿੰਡ ਸੀ, 32,000 ਤੇ ਅਬਦਾਲੀ ਨੂੰ ਫੌਜ ਹੋਣੀ ਸੀ 32,000, ਇੱਕ ਪਿੰਡ ਚੋਂ ਉੱਤੋਂ ਨਹੀਂ ਸੀ ਨਿਕਲਿਆ। ਜੇ ਅਬਦਾਲੀ ਨੇ ਘੋੜਿਆਂ ਦੀਆਂ ਲਗਾਮਾਂ ਫੜੀਆਂ ਸੀ, ਅਸੀਂ ਫੜੀਆਂ ਸੀ ਪੁੱਤ ਮੇਰਿਆ, ਕਿਹੜੀਆਂ ਵੀ ਫੜਾਂਗੇ ਫਿਰ ਮੈਂ ਤੂੰ ਕਰੀਏ ਇਸ ਗੱਲ ਦਾ। ਹਰ ਗੱਲ ਚ ਜਦ ਸਾਨੂੰ ਡਰਾਉਂਦੇ ਨੇ, ਹਰ ਗੱਲ ਚ ਸਾਨੂੰ ਧੌਸ ਦਿਖਾਉਂਦੇ ਨੇ, ਹਰ ਗੱਲ ਚ ਸਾਨੂੰ ਦਬਾਉਣਾ ਚਾਹੁੰਦੇ ਨੇ, ਅਸੀਂ ਕਿੰਨਾ ਡਰਦੇ ਨੀ। 176 ਦੇਸ਼ਾਂ ਚ ਬੈਠੇ ਆ ਅਸੀਂ, ਤੁਸੀਂ ਅੱਜ ਦਿੱਲੀ ਦੇ ਬਾਹਰ ਨੀ ਕਰੇ ਹੈਗੇ। ਸਾਡੇ 8-8 ਕੈਬਨਿਟ ਮੰਤਰੀ ਬਣ ਗਏ ਸਿੱਖਾਂ ਦੇ ਮੁੰਡੇ, ਔਰ ਤੁਸੀਂ ਸਾਨੂੰ ਕਹਿੰਦੇ ਹੋ ਵੀ ਤੁਹਾਡੀ ਸਾਡੇ ਨਾਲ ਗੱਲ ਕਰਦੀ ਹਸੀਅਤ ਨੀ, ਤੁਹਾਡੇ ਨਾਲ ਵੱਟ ਵੀ ਹੈਗੀ ਨੇ ਗੱਲ। ਅਸੀਂ ਇਸ ਸਟੇਜ ਤੋਂ ਕਹਿੰਦੇ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ, ਸਾਰੀ ਦੁਨੀਆ ਦੇ ਸਾਡਾ ਨਿਸ਼ਾਨ ਸਾਹਿਬ ਝੂਲਦਾ। ਜਿਸ ਅਮਰੀਕਾ ਦੇਸ਼ ਨੇ ਤੈਨੂੰ ਬਰ ਨਹੀਂ ਸੀ ਦਿੱਤਾ, ਉਸ ਦੇਸ਼ ਦੇ ਝੰਡੇ ਦੇ ਬਰਾਬਰ ਸਾਡਾ ਨਿਸ਼ਾਨ ਸਾਹਿਬ ਝੂਲਦਾ ਨਹੀਂ, ਜਾ ਕੇ ਦੇਖ ਲਈ। ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਸਾਰੀ ਦੁਨੀਆ ਤੇ ਸਿੱਖ ਰਾਜ ਕਰ ਰਹੇ ਨੇ, ਔਰ ਸਾਰੀ ਦੁਨੀਆ ਸਾਨੂੰ ਸਤਿਕਾਰ ਦਿੰਦੀ ਹੈ। ਸਾਡੇ ਬੱਚੇ ਇੱਥੋਂ ਪੜ੍ਹ ਲਿਖ ਕੇ ਜਾ ਕੇ, ਔਰ ਜਿਹੜਾ ਹੈਗਾ ਇੱਕ ਖਚਰਾ ਜਿਹਾ ਦਾ ਗ੍ਰਹਿ ਮੰਤਰੀ, ਉਹ ਕਹਿੰਦਾ ਸਰ ਤੁਹਾਡਾ ਸਟੇਟਸ ਨਹੀਂ ਮੇਰੇ ਨਾਲ ਗੱਲ ਕਰਨ ਦਾ, ਤੂੰ ਜਿੰਨੇ ਰਾਜਨੀਤੀ ਚ ਆਇਆ ਉਦੋਂ ਮੈਂ ਆਪਣੀ ਜਾਇਦਾਦ ਕੱਢ ਕੇ ਦਿਖਾ ਤੈਨੂੰ, ਅਸੀਂ ਦੱਸੀਏ ਸਟੇਟਸ ਤੇਰਾ ਕੀ ਹੈ। ਸਾਡੇ ਕੋਲ ਤਾਂ ਜੱਦੀ ਕੁਸ਼ਤੀ ਹੈ, 10-10 ਲੱਖ ਦੇ ਟਰੈਕਟਰ ਨੇ, 5-5 ਲੱਖ ਦੀਆਂ ਟਰਾਲੀਆਂ ਨੇ, 10-10 ਮਿਲੀਅਨ ਦੇ ਸਾਡੇ ਬੱਚਿਆਂ ਦੇ ਘਰ ਨੇ ਅਮਰੀਕਾ ਕੈਨੇਡਾ ਚ, 1.5-1.5 ਲੱਖ ਦੇ ਸਾਡੇ ਬੱਚੇ ਫੋਨ ਨਹੀਂ ਫਿਰਦੇ ਨੇ, 40-40 ਲੱਖ ਦੀਆਂ ਗੱਡੀਆਂ ਅਸੀਂ ਉਰੇ ਖਿੱਚੀ ਫਿਰਦੇ ਹਾਂ, ਤੂੰ ਸਾਡਾ ਸਟੇਟਸ ਪੁੱਛ, ਤੇਰਾ ਸਟੇਟਸ ਸਾਡੇ ਵਾਕਈ ਹੈਗੀ ਇਹ ਗੱਲ ਤੇਰੀ ਠੀਕ ਹੈ, ਅਸੀਂ ਮੰਨਦੇ ਹਾਂ। ਲੇਕਿਨ ਤੈਨੂੰ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਹ ਧਰਤੀ, ਇਸ ਪੰਜਾਬ ਦੀ ਪਵਿੱਤਰ ਧਰਤੀ, ਇਹਦੇ ਨਾਲ ਅੰਬਾਨੀ ਅਡਾਨੀ ਦਾ ਕੀ, ਤੂੰ ਹੋਰ ਵੀ ਜਾਣੀ ਜੁਗਰ ਵਰਗਰ ਕਰਕੇ ਜਿਹੜੇ ਗੱਲ ਜਾਣੇ ਨੇ, ਜਿੰਨਾ ਚਿਰ ਅਸੀਂ ਤਾਂ ਬਾਬਾ ਗਰਜਾ ਸਿੰਘ, ਬਾਬਾ ਬੋਲਦਾ ਸਿੰਘ, ਉਹਨਾਂ ਨੇ ਦੋ ਨੇ ਫੜ ਕੇ ਚਲਾ ਲਏ ਜੀ, ਜਿਹੜੇ ਸਾਰੀ ਦੁਨੀਆ ਦੇ ਅਬਦਾਲੀ ਹੋਣੀ ਉਹ ਕਰਦੇ ਸੀ। ਮੈਂ ਤੁਹਾਨੂੰ ਗੱਲ ਦੱਸਦਾ, ਤੂੰ ਟਕਰਾਉਂਦਾ ਕਿਹਦੇ ਨਾਲ ਹੈ, ਤੂੰ ਲੜਦਾ ਕਿਹਦੇ ਨਾਲ ਹੈ। ਆਹ ਤਾਲਿਬਾਨ ਨੇ ਅਮਰੀਕਾ ਦੀ ਘਾਟੀ ਖਰਚਾ ਦਿੱਤੀ ਅਫਗਾਨਿਸਤਾਨ ਚ, ਔਰ ਅਸੀਂ ਉਸ ਅਫਗਾਨਿਸਤਾਨ ਨੂੰ ਜਿੱਤਿਆ ਹੋਇਆ। ਤੂੰ ਜੈਸੇ ਗਲਤ ਲਾ ਕੇ ਲਾ ਕੇ ਸਿਰਾਂ ਨੂੰ ਤੇਲ ਲੱਗਦੇ, ਪਿਓ ਦਾ ਦੇਸ਼ ਹੈ, ਕੁਰਬਾਨੀਆਂ ਅਸੀਂ ਕਰੀਆਂ, ਫਾਂਸੀਆਂ ਤੇ ਅਸੀਂ ਚੜੇ, ਤੇ ਰਾਜ ਤੁਸੀਂ ਕਰੇਗੇ। ਇਹ ਵੀ ਹੁਣ ਬਹੁਤਾ ਚਿਰ ਚੱਲਦਾ, ਕੌਮ ਜਾਗਰੂਕ ਹੋਣੀ ਹੈ। ਜੇ ਇਸ ਦੇਸ਼ ਨੂੰ ਤੁਹਾਨੂੰ ਬਚਾਉਣ ਵਾਸਤੇ ਖੜ ਸਕਦੇ ਹਾਂ, ਅਸੀਂ ਆਪਣੇ ਹੱਕਾਂ ਲਈ ਵੀ ਲੜ ਸਕਦੇ ਹਾਂ। ਅਸੀਂ ਸ਼ਾਂਤ ਲਈ ਲੜ ਰਹੇ ਹਾਂ, ਤੁਸੀਂ ਸਾਨੂੰ ਡਰਾਉਂਦੇ ਹੋ, ਕਦੇ ਤੁਸੀਂ ਕੁਛ, ਕਦੇ ਕੁਛ, ਕਦੇ ਸਾਨੂੰ ਅੱਤਵਾਦੀ, ਕਦੇ ਸਾਨੂੰ ਪੱਖਵਾਦੀ। ਜੇ ਅਸੀਂ ਝੰਡਾ ਲਹਿਰਾਉਂਦੇ ਹਾਂ ਤਾਂ ਤੁਸੀਂ ਸਾਨੂੰ ਡਰਾਉਂਦੇ ਹੋ। ਇਹ ਡਰਨ ਵਾਲੇ ਦਿਨ ਨਹੀਂ ਚੰਗੇ, ਸਾਡੀਆਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਆਪਣੇ ਗਲਾਂ ਚ ਪਾਏ ਹੋਏ ਨੇ, ਸਾਡੀਆਂ ਨੀਹਾਂ ਦੇ ਵਿੱਚ, ਸਾਡੀਆਂ ਨੀਹਾਂ ਦੇ ਵਿੱਚ, ਕੌਮ ਦੀਆਂ ਦੇ ਵਿੱਚ,
ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਬੱਚੇ ਜਿਹੜੇ ਹੋਏ ਨੇ ਤੂੰ ਸਾਨੂੰ ਡਰਾ ਲੇਗਾ ਤੇਰੀਆਂ ਜਿਹੜਾ ਡਰਾ ਲੈਣਾ ਤੇਰਾ ਤਸ਼ੱਦਦ ਡਰਾ ਲੂਗਾ ਤੂੰ ਇਹ ਪੰਜਾਬ ਦੀ ਮਿੱਟੀ ਦੇ ਜਾਇਆਂ ਨੂੰ ਜਾਣਦਾ ਨਹੀਂ ਤੂੰ ਇਤਿਹਾਸ ਭੁੱਲ ਗਿਆ ਸਾਡਾ ਇਤਿਹਾਸ ਪੜ੍ਹਨੀ ਇਹ ਤਾਂ ਵੀਰੋ ਹੋਇਆ ਕੀ ਹੈ ਆਪਣੇ ਨਾਲ ਆਪਾਂ ਨੂੰ ਜੱਜ ਮਾਰਿਆ ਆਪਣਿਆਂ ਨੇ ਮਾਰਿਆ ਇਹਨਾਂ ਆਪਣੇ ਲੀਡਰਾਂ ਨੇ ਕਰਿਆ ਕੀ ਇਹਨਾਂ ਨੇ ਜਾ ਕੇ ਉਹਨੂੰ ਦੱਸਤਾ ਵੀ ਇਹ ਤਾਂ ਨਸ਼ੇੜੀ ਹੋ ਗਏ ਇਹ ਤਾਂ ਚਿੱਟੇ ਵਾਲੇ ਹੋ ਗਏ ਜਾਇਦਾਦਾਂ ਨੇ ਖੂਨ ਦੰਗਿਆ ਹੋਇਆ ਔਰ ਉਹ ਖੂਨ ਜਿਹੜਾ ਦੰਗਿਆ ਉਹ ਕਦੇ ਅਜਿਹੀ ਨੀ ਜਾਊਗਾ ਦੇ ਨਾ ਅਸੀਂ ਜਿੰਨਾ ਚਿਰ ਜੂਨੇ ਹੈ ਸਾਡੀਆਂ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਹੋਣੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨਹੀਂ ਕਹਾਵਾਂਗੇ ਤੁਸੀਂ ਯਾਰ ਹਰ ਗੱਲ ਦਾ ਬਦਮਾਸ਼ੀ ਕਦੇ ਜੰਮੂ ਕਸ਼ਮੀਰ ਚ ਕਦੇ ਤਾਮਿਲਨਾਡੂ ਚ ਕਦੇ ਬੰਗਾਲ ਚ ਕਦੇ ਬਿਹਾਰ ਤੁਹਾਡਾ ਮੂੰਹ ਪੈ ਗਿਆ ਆਪਾਂ ਨੂੰ ਇਹਨਾਂ ਦੇ ਬੁਰੇ ਖੜਦੇ ਹੀ ਖੜਨਾ ਪੈਣਾ ਸੀ ਵੀਰੋ ਔਰ ਆਪਾਂ ਖੜ ਗਏ ਔਰ ਇਹ ਮੋਰਚਾ ਇਸ ਮੋਰਚੇ ਨੂੰ ਸਾਰੇ ਸਮਰਪਿਤ ਹੋ ਜਾਓ ਇਹ ਕਿਸੇ ਇਕੱਲੇ ਦਾ ਮੋਰਚਾ ਨਹੀਂ ਹੈਗਾ ਨਾ ਕਿਸੇ ਜਥੇਬੰਦੀ ਦਾ ਨਾ ਦੀਪ ਸਿੱਧੂ ਦਾ ਨਾ ਰੱਖੇ ਸਾਣੇ ਦਾ ਆਪਣੀ ਅਣਖ ਜਿੱਤ ਦਾ ਆਪਣੀ ਇਸ ਪੱਗ ਦਾ ਜੇ ਆਪਾਂ ਹੁਣ ਨਾ ਖੜੇ ਤਾਂ ਆਪਣਾ ਇਤਿਹਾਸ ਸਮਰਪਿਤ ਹੋ ਜਾਊਗਾ ਜੇ ਇਸ ਹੁਣ ਹੰਕਾਰੇ ਹੋਏ ਪ੍ਰਧਾਨ ਮੰਤਰੀ ਦੀ ਗਰਦਨ ਤੋਂ ਪੀਲਾ ਕਰਤਾ ਸਾਰਾ ਵਰਲਡ ਮੈਂ ਤੁਹਾਨੂੰ ਗਰੰਟੀ ਦਿੰਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਦੇਖਣ ਆਇਆ ਕਰੂੰਗਾ ਵੀ ਆਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਜਿਨ੍ਹਾਂ ਨੇ ਇਹਦੀ ਬਦਮਾਸ਼ੀ ਕੱਢੀ ਹੈ ਨਰਿੰਦਰ ਮੋਦੀ ਤਾਂ ਸਾਨੂੰ ਆਰਥਿਕ ਤੌਰ ਤੇ ਤੁਸੀਂ ਲੁੱਟ ਲਿਆ ਸਾਨੂੰ ਐਜੂਕੇਸ਼ਨ ਤੌਰ ਤੇ ਲੁੱਟ ਲਿਆ ਸਾਡਾ ਪਾਣੀ ਗੰਦਲਾ ਕਰਤਾ ਸਾਡਾ ਜਲਵਾਯੂ ਗੰਦਲਾ ਕਰਤਾ ਅਸੀਂ ਸਾਰਾ ਕੁਛ ਕਰ ਲਿਆ ਅਸੀਂ ਸਾਰਾ ਕੁਛ ਕਰ ਲਿਆ ਜੇ ਹੁਣ ਸਾਡੇ ਵਿਰਸੇ ਔਰ ਵਿਰਾਸਤ ਨੂੰ ਹੱਥ ਪਾਉਂਗੇ ਫਿਰ ਭਾਈਚਾਰੇ ਨੂੰ ਪਹਾਣ ਦੇ ਰਹੇ ਹੋ ਪੁੱਤ ਮੇਰੇ ਪਹਾਣ ਤੋੜ ਗਈ ਹੈ ਅਸੀਂ ਨਹੀਂ ਡਰਦੇ ਨਾ ਅਸੀਂ ਡਰਨ ਵਾਲੇ ਜੋ ਜੰਮੀ ਹੈ ਅਸੀਂ ਆਪਣੇ ਹੱਕਾਂ ਲਈ ਨਹੀਂ ਲੜ ਸਕਦੇ ਸਾਡੀਆਂ ਜ਼ਮੀਨਾਂ ਨੂੰ ਪੈ ਗਿਆ ਸਾਡੀ ਸਮਾਜਿਕ ਗੁਲਾਮੀ ਜਿਹੜੀ ਸਾਨੂੰ ਉਹਦਾ ਉਹ ਕਰਤਾ ਮਜ਼ਬੂਰ ਕਰਾ ਰਹੇ ਨੇ ਤੁਸੀਂ ਗੁਲਾਮ ਹੋ ਇਸ ਤਰ੍ਹਾਂ ਨਹੀਂ ਚੱਲਦੇ ਹੁੰਦੇ ਦੇਸ਼ ਇਹ ਜਿਹੜਾ ਇੰਡੀਆ ਹੈ ਇਹ ਭਾਰਤ ਹੈ ਇਹ ਸਾਰੀਆਂ ਕੌਮਾਂ ਦਾ ਇੱਕ ਜਨ ਸਮੂਹ ਹੈ ਜਿਹਦੇ ਵਿੱਚ ਸਾਰੀਆਂ ਕੌਮਾਂ ਰਹਿੰਦੀਆਂ ਨੇ ਇਹ ਤਾਂ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦੇ ਨੇ ਇਹ ਹਿੰਦੂ ਰਾਸ਼ਟਰ ਨਹੀਂ ਬਣਦਾ ਜਿੰਨਾ ਚਿਰ ਸਿੱਖ ਕੌਮ ਇਸ ਦੇਸ਼ ਦੇ ਵਿੱਚ ਬੈਠੀ ਹੈ ਉਹਨਾਂ ਚਿਰ ਤੁਹਾਨੂੰ ਹਿੰਦੂ ਰਾਸ਼ਟਰ ਦਾ ਪੁੱਤ ਮੇਰੇ ਹੋਏ ਦੇਸ਼ ਨੂੰ ਅਸੀਂ ਬਣਾਉਣ ਨੂੰ ਦਿੰਦੇ ਚਾਹੇ ਅਸੀਂ ਸਾਰੇ ਸ਼ਾਸਤਾਂ ਦੇ ਦਈਏ ਇਸ ਕਰਕੇ ਆਪਾਂ ਨੂੰ ਖੜਨਾ ਪੈਣਾ ਇਹ ਕਿਸਾਨੀ ਮੋਰਚਾ ਆਪਣਾ ਕੱਲੇ ਕੱਲੇ ਦਾ ਆਪਣੀ ਹੋਂਦ ਦੀ ਲੜਾਈ ਹੈ ਆਪਣੀ ਅਣਖਿੱਚਤ ਦੀ ਲੜਾਈ ਹੈ ਆਪਣੀ ਇਸ ਪੱਗ ਦੀ ਲੜਾਈ ਹੈ ਜੇ ਹੁਣ ਇਹ ਹਾਰ ਗਏ ਤਾਂ ਫਿਰ ਇਹ ਸਮਝੋ ਆਪਣਾ ਇਤਿਹਾਸ ਬਰਕਤ ਹੋ ਜੂ ਜਿਹੜੇ ਇਤਿਹਾਸ ਹੁੰਦੇ ਨੇ ਉਹ ਦੁਹਰਾਏ ਜਾਂਦੇ ਨੇ ਕਦੇ ਸ਼ਾਂਤੀਪੂਰਨ ਤਰੀਕੇ ਨਾਲ ਤੇ ਕਦੇ ਦੂਸਰੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਹਰ ਵਾਰ ਹਰਾਇਆ ਇੱਕ ਵਾਰ ਨਹੀਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਉਸ ਜਿਹੜਾ ਆਪਣਾ ਮੋਰਚਾ ਦਿੱਲੀ ਲੱਗਿਆ ਹੋਇਆ ਸਾਰੇ ਆਪਾਂ ਉਹਨੂੰ ਸਮਰਪਿਤ ਹੋਈਏ ਔਰ ਸਾਰੇ ਜਿੰਨਾ ਯੋਗਦਾਨ ਪਾ ਸਕਦੇ ਹਾਂ ਪਾਈਏ ਆਪਣੀ ਅਣਖ ਜਿੱਤ ਦੀ ਲੜਾਈ ਹੈ ਆਪਾਂ ਪੰਜਾਬੀਆਂ ਨੇ ਲੜਨੀ ਹੈ ਸਾਰੇ ਪੰਜਾਬ ਦੀ ਹੈ ਇੱਕ ਮੈਂ ਤੁਹਾਨੂੰ ਇੱਥੋਂ ਸਪਸ਼ਟ ਕਰਦਾ ਮਤ ਸਮਝਿਓ ਕੋਈ ਕਿ ਇਕੱਲੇ ਕਿਸਾਨਾਂ ਦੀ ਹੈ ਇਹਨਾਂ ਨੇ ਛੱਡਣਾ ਕੋਈ ਨਹੀਂ ਕਈ ਕਾਨੂੰਨ ਹੋਰ ਲਿਆਉਣਗੇ ਇਹ ਤਾਂ ਰੁਕ ਗਏ ਇਸ ਲਈ ਕਿ ਆਪਾਂ ਖੜ ਕੇ ਜਾ ਕੇ ਦਿੱਲੀ ਦੀ ਹਿੱਕ ਤੇ ਚੜ ਗਏ ਤਾਂ ਇਹ ਰੁਕ ਗਏ ਨਹੀਂ ਹੋਰ ਕਈ ਕਾਨੂੰਨ ਲੈ ਕੇ ਆਉਣਗੇ ਸੋ ਬੇਨਤੀ ਹੈ ਕਿ ਆਪਾਂ ਸਾਰੇ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਨਾਲ ਨੇ ਉਹਨਾਂ ਦਸਾਂ ਗੁਰੂਆਂ ਦੀ ਛਤਰ ਛਾਇਆ
ਸਾਡੇ ਭਗਤ ਸਾਡੇ ਮਹਾਂਪੁਰਖ ਸਾਡੇ ਨਾਲ ਨੇ ਸੋ ਕੌਮ ਨੂੰ ਡਰਨ ਦੀ ਲੋੜ ਨਹੀਂ ਕਿਸਾਨੀ ਨੂੰ ਡਰਨ ਦੀ ਲੋੜ ਨਹੀਂ ਨਰਿੰਦਰ ਮੋਦੀ ਦੀਆਂ ਔਰ ਮੋਹਨ ਭਾਗਵਤ ਦੀਆਂ ਚੀਕਾਂ ਤਾਂ ਮਰਾਉਣੀਆਂ ਹੀ ਮਰਾਉਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪਰਮਿੰਦਰ ਸਿੰਘ ਤਲਵਾੜਾ ਜੀ ਪੂਰਾ ਜੋਸ਼ ਭਰੇ ਬੀਬੀਆਂ ਨੇ ਜਗਾਨਾ ਗਾਇਆ ਤੁਹਾਡੇ ਵੱਲੋਂ ਨਹੀਂ ਕੋਈ ਕੱਚ ਕੇ ਜਗਾਨਾ ਕਿਸੇ ਨੇ ਤੇ ਹੋਰ ਦੱਸਾਂ ਆਪਾਂ ਸਾਰੇ ਕੋਈ ਕਿਸੇ ਸਮਾਜ ਵੱਲੋਂ ਦੂਜੇ ਬੀਜੇ ਨਹੀਂ ਐਸੇ ਪੰਜਾਬੀ ਇਕੱਤਰਿਤ ਹੋਏ ਆ ਔਰ ਹੋਰ ਬਹੁਤ ਚੰਗਾ ਲੱਗਾ ਕਿਉਂਕਿ ਸਮਾਜ ਵੱਲ ਅੱਜ ਭਗਤ ਸਿੰਘ ਨੂੰ ਮੁਹੱਬਤ ਭੇਂਟ ਕਰਨ ਵਾਸਤੇ ਕਿਉਂਕਿ ਭਗਤ ਸਿੰਘ ਦੇ ਨਾਂ ਕਿਹਾ ਜੀ ਸਾਡੇ ਨਗਰ ਮੋਰਾਂ ਵਾਲੀ ਔਰ ਭਗਤ ਸਿੰਘ ਉਹ ਮਾਤਾ ਇੰਦਰ ਕੌਰ ਜਿਹੜਾ ਵਿਦਿਆਪਤੀ ਮੁੜ ਕੇ ਨਾਮ ਚੇਂਜ ਕੀਤਾ ਗਿਆ ਉਹ ਸਾਡੇ ਇਸ ਪਿੰਡ ਦੀ ਮਿੱਟੀ ਨੇ ਪੈਦਾ ਕੀਤੀ ਔਰ ਸਾਨੂੰ ਮਾਣ ਆ ਸਾਡੇ ਭੈਣ ਜੀ ਔਰ ਬਹੁਤ ਹੀ ਇਲਾਕੇ ਦੇ ਹਰਮਨ ਪਿਆਰੇ ਪਾਲਟੀ ਤੋਂ ਉੱਚਾ ਉੱਠ ਕੇ ਵੇਖਣ ਪਾਲਟੀ ਤੋਂ ਉੱਚਾ ਉੱਠ ਕੇ ਦੇਖੋ ਜਿਹੜਾ ਦੇਸ਼ ਲਈ ਕੌਮ ਲਈ ਪੰਥ ਲਈ ਦੇਸ਼ ਲਈ ਮਨੁੱਖਤਾ ਲਈ ਪਰ ਉਪਕਾਰ ਕੋਈ ਕਰਦਾ ਉਹ ਸਦਾ ਹੀ ਸਰਾਇਆ ਜਾਂਦਾ ਸਾਡੇ ਸਰਕਾਰ ਨੂੰ ਕਈ ਕਮਿਸ਼ਨ ਮਹਿਤਾ ਜੀ ਉਹ ਵੀ ਗੁਰੂ ਕੀ ਗੋਦ ਅੰਦਰ ਆਏ ਨੇ ਨਤਮਸਤਕ ਹੋਣ ਵਾਸਤੇ ਔਰ ਉੱਧਰ ਸਰਕਾਰ ਜੋ ਦੀਪ ਸਿੱਧੂ ਜੀ ਪੰਜਾਬ ਪੰਜਾਬੀ ਰੱਬ ਦੇ ਲਈ ਅੜਨਾ ਖੜਨਾ ਲੜਨਾ ਹੈ ਸੋ ਅੱਜ ਇਕੱਲੇ ਇਕੱਲੇ ਦੀ ਲੋੜ ਉਹ ਜਿੱਥੇ ਮਰਜ਼ੀ ਕੋਈ ਹੋਵੇ ਜਿਹੜੀ ਮਰਜ਼ੀ ਸਮਾਜ ਵਿੱਚ ਹੋਵੇ ਅੱਜ ਪੰਜਾਬ ਨੂੰ ਜਿਵੇਂ ਬਾਬਾ ਜੀ ਨੇ ਕਿਹਾ ਤਲਵਾੜਾ ਜੀ ਨੇ ਜੇ ਪੰਜਾਬ ਹਰ ਗਿਆ ਵੈਸੇ ਗੱਲਾਂ ਨੂੰ ਕਹਿੰਦਾ ਨਹੀਂ ਨਾ ਹਰਿਆ ਤੇ ਨਾ ਹਰਿਆ ਨਹੀਂ ਹਰੇ ਇਹ ਗੁਰੂ ਕਾ ਪੰਥ ਮਹਾਰਾਜ ਨੇ ਕਿਰਪਾ ਕੀਤੀ ਮਹਾਰਾਜ ਜਗਤ ਦਾ ਪਿਆ ਚੱਲੇ ਜੋ ਪੰਥ ਕੀ ਸਹਾਰਾ ਦਾ ਬਾਣ ਹੋਰ ਜੋ ਕੀ ਮਾਰ ਨਹੀਂ ਸਹੀ ਕੋਈ ਮੈਂ ਸਿੱਧਾ ਜਵਾਨ ਅਸੀਂ ਫੜ ਫੜ ਛੱਤ ਲਗਾ ਦਿਓ ਸੂਈ ਦੇ ਮਿੱਗੇ ਅਸੀਂ ਉਹ ਅਣਿਆਲੇ ਤੀਰ ਹਾਂ ਜੋ ਕਦੇ ਨਾ ਉੱਕੇ ਅਸੀਂ ਜ਼ਾਲਮ ਦੀ ਹੈਕ ਪਾਰ ਕੇ ਰੰਗ ਚੱਲੇ ਸੁੱਕੇ ਸੱਚੀ ਗੱਲ ਉਹ ਮੋਤੀਆ ਸਾਡੇ ਤੇ ਟੁੱਕੇ ਮਹਾਂ ਗੁਰੂ ਨਾਲ ਟੁੱਕ ਗਏ ਤਾਂ ਅਸੀਂ ਆ ਮੁੱਕੇ